ਅਸੀਂ ਤਾਂ ਬਿਲਕੁਲ ਜੀ ਸਿੰਗੀ ਗੋਲ ਬਿੱਲੀ ਅੱਖ ਦੇ ਸ਼ੌਕੀਨ ਆ, ਇਹ ਤੋਂ ਨਹੀਂ ਹਟ ਸਕਦੇ ਦੁੱਧ ਭਾਵੇਂ ਕਿਲੋ ਘੱਟ ਹੋਏ। ਹਾਂਜੀ, ਬਾਕੀ ਅਸੀਂ ਉਹ ਰਾਵੀ ਤੇ ਮੇਲੇ 30-30 ਲੀਟਰ ਵਾਲੀਆਂ ਉਹ ਤੇ ਖੋਲੇ ਵੀ ਕਰ ਜਾਂਦੇ ਆ। ਇੰਨੇ ਕਰੈਕਟਰ ਪਹਿਲੇ ਪੂਰੇ ਕਰੋ, ਅੱਖ ਵੀ ਬਿੱਲੀ ਹੋਵੇ, ਸਿੰਗੀ ਵੀ ਹੋਵੇ, ਮੁੱਠ ਮੁੱਠ ਥਾਣ ਹੋਵੇ, ਗਿੱਠ ਗਿੱਠ ਤੇ ਫਿਰ ਲਵੇ, ਕੋਈ ਮੱਝ ਜਿੰਨੀਆਂ ਤੁਸੀਂ ਲਿਆਂਦੀਆਂ ਫਰੇਮ ਚ ਅਗਰ ਇਹ ਚ ਨਾ ਕੈਟਾਗਰੀ ਸਭ ਹੈ, ਉਸ ਤੋਂ ਛੋਟੀ ਬਰੀਡ ਆ ਮਾਸ਼ਾਅੱਲਾ ਝੋਟੀਆਂ ਦੀ। ਝੋਟਾ ਜੀ ਮੇਰੇ ਆਪਣੇ ਬੁੱਲਦਾ ਰਾਜੂ ਦੀ ਮਾਂ ਵੀ ਇੱਥੇ ਹੀ, ਬਹੁਤ ਆਲਾ ਨਸਲ ਆ। ਹਾਂਜੀ, ਤੇ ਇਹ ਦੁੰਦਾ ਜੀ, ਹੁਣ ਦੁੰਦਾ ਹੋਇਆ ਮਾਸ਼ਾਅੱਲਾ, ਬਸ ਹੁਣ ਟਰਾਈ ਚ ਕਰਨ ਲੱਗ ਪਏਗਾ ਹੋਰ ਹਫਤੇ ਤੱਕ। ਹਾਂਜੀ, ਝੋਟੀਆਂ ਸਾਰੀਆਂ ਨਾ ਮੱਝਾਂ ਦੀਆਂ ਮਾਸ਼ਾਅੱਲਾ, ਇੱਕ ਉਹ ਵੱਡੀ ਮੱਝ ਦੀ ਹੈ, ਇਹ ਬੂਰੀ ਦੀ ਬੂਰੀ ਕੱਟੀ ਹੈ। ਹਾਂਜੀ, ਤੇ ਨਸਲ ਇਹ ਸਾਰੀਆਂ ਮੇਰੇ ਰਾਜੂ ਸਾਹਿਬ ਦੀਆਂ ਮਾਸ਼ਾਅੱਲਾ। ਹਾਂਜੀ, ਰਾਜੂ ਜੀ ਸਰਦਲੀ ਪੱਟੀ ਕੀ ਨਸਲ ਚ ਸਾਹ ਨਾ, ਰਾਜੂ ਤਾਂ ਅਸੀਂ ਨਾਂ ਰੱਖਿਆ, ਤੇ ਉਹਦੀ ਕੁਆਲਿਟੀ ਇਹ ਆ ਕਿ ਇੱਕ ਤੇ ਅੱਖ ਉਹਨੇ ਬਿੱਲੀ ਰੱਖੀ, ਦੂਸਰਾ ਉਹਦੀ ਹਰ ਝੋਟੀ ਆਪਣੀ ਮਾਂ ਨੂੰ 2 ਕਿਲੋ ਜ਼ਿਆਦਾ ਦੁੱਧ ਦੇ ਰਹੀ ਹੈ, ਉਹਦੀ ਕੁਆਲਿਟੀ ਇਹ ਮੇਰੇ ਕੋਲ ਦੂਸਰੇ ਡੇਰੇ ਤੇ ਖੜਾ, ਖੂਬਸੂਰਤੀ ਬਹੁਤ ਆ, ਇਹ ਸਮਝੋ ਉਹਦੀ ਕਾਪੀ ਹੈ ਰਾਜੂ ਜਿਹੜਾ ਬੇਟਾ ਉਹਦਾ, ਇਹ ਵਾਲਾ ਇਹ ਉਹਦੀ ਕਾਪੀ ਆ, ਸਾਰਾ ਬਲੈਕ, ਅੱਖਾਂ ਬਿੱਲੀਆਂ ਬਲਬ ਵਾਲੀਆਂ। ਹਾਂਜੀ ਮਾਸ਼ਾਅੱਲਾ, ਹੈ 6-7 ਸਾਨ ਹੈਗੇ ਆਪਣੇ ਕੋਲ ਮਾਸ਼ਾਅੱਲਾ। ਹਾਂਜੀ, ਇਹਦੀ ਮਾਂ ਦਾ ਵੀ 20+ ਹੀ ਆ। ਹਾਂਜੀ, ਚੰਗਾ ਹੁਣ ਇੰਨੇ ਸਾਲ ਹੋ ਗਏ, ਮੇਰਾ ਮਤਲਬ ਹੁਣ ਇਹ ਪਰਖ ਕੇ ਰੱਖਿਆ ਜਾਂਦਾ ਘੱਟਾ, ਉਹਦੀ ਮਾਂ ਦਾ, ਨਾਨੀ ਦਾ, ਦਾਦੀ ਦਾ ਸਭ ਰਿਕਾਰਡ ਆ ਸਾਡੇ ਕੋਲ, ਔਰ ਉਸ ਰਿਕਾਰਡ ਦੇ ਮੁਤਾਬਕ ਮਾਸ਼ਾਅੱਲਾ ਬਰੀਕੀ, ਖੂਬਸੂਰਤੀ ਹਰ ਤਰ੍ਹਾਂ ਬਹੁਤ ਬਿਹਤਰ ਆ। ਨਹੀਂ ਨਹੀਂ ਹਾਫਿਜ਼ ਸਾਹਿਬ, ਤੁਸੀਂ ਜਿੰਨੀਆਂ ਮੱਝਾਂ ਦੇਖੀਆਂ ਕਿਸੇ ਦਾ ਹਵਾਨਾ ਘੱਟ ਆ, ਦੂਜਿਆਂ ਝੋਟੀਆਂ ਦੇ ਹਵਾਨੇ ਜਿਹੜੇ ਨਾ, ਹਾਂ ਉਹ ਡੋਗਰ ਸਾਹਿਬ ਦੀ ਹੈ ਕਿ ਜੀ ਤੁਸੀਂ ਸਿਰਫ ਸਿੰਘ ਤੇ ਅੱਖ ਨਹੀਂ ਦੇਖਣੀ, ਦੁੱਧ ਵੀ ਦੇਖਣਾ, ਠੀਕ ਆ, ਜਿੰਨੀ ਮਹਿੰਗਾਈ ਉਹਨਾਂ ਦੀ ਗੱਲ ਵੀ ਕਿਸੇ ਹੱਦ ਤੱਕ ਠੀਕ ਆ, ਲੇਕਿਨ ਖੂਬਸੂਰਤੀ ਖੂਬਸੂਰਤੀ ਹੁੰਦੀ ਹੈ, ਖੂਬਸੂਰਤੀ ਦਾ ਲਾਜ਼ਮੀ ਆ, ਤੇ ਡੇਰੇ ਦਾ ਸ਼ਿੰਗਾਰ ਤੇ ਖੂਬਸੂਰਤੀ ਆ। ਹਾਂਜੀ, ਤੇ ਹੁਣ ਜ਼ਮਾਨੇ ਤਾਂ ਦੁੱਧ ਵੀ ਦੇਣਾ ਚਾਹੀਦਾ, ਮੇਰਾ ਮਤਲਬ ਤੁਹਾਡਾ ਇਨਕਮ ਦਾ ਜ਼ਰੀਆ ਵਾ। ਤੇ ਅਸੀਂ ਤਾਂ ਬਿਲਕੁਲ ਜੀ ਸਿੰਗੀ ਗੋਲ ਬਿੱਲੀ ਅੱਖ ਦੇ ਸ਼ੌਕੀਨ ਆ, ਇਹ ਤੋਂ ਨਹੀਂ ਹਟ ਸਕਦੇ ਦੁੱਧ ਭਾਵੇਂ ਕਿਲੋ ਘੱਟ ਹੋਏ। ਹਾਂਜੀ, ਬਾਕੀ ਅਸੀਂ ਉਹ ਰਾਵੀ ਤੇ ਮੇਲੇ 30-30 ਲੀਟਰ ਵਾਲੀਆਂ ਉਹਦੇ ਖੋਲੇ ਵੀ ਕਰ ਜਾਂਦੇ ਆ, ਇੰਨੇ ਕਰੈਕਟਰ ਪਹਿਲੇ ਪੂਰੇ ਕਰੋ, ਅੱਖ ਵੀ ਬਿੱਲੀ ਹੋਵੇ, ਸਿੰਗੀ ਵੀ ਹੋਵੇ, ਮੁੱਠ ਮੁੱਠ ਥਾਣ ਹੋਵੇ, ਗਿੱਠ ਗਿੱਠ ਤੇ ਫਿਰ ਲਵੇ, ਕੋਈ ਮੱਝ ਜਿੰਨੀਆਂ ਤੁਸੀਂ ਲਿਆਂਦੀਆਂ ਫਰੇਮ ਚ ਅਗਰ ਇਹ ਚ ਨਾ ਕੈਟਾਗਰੀ ਹੋਵੇ ਤੇ ਫਿਰ ਗੱਲ ਕਰਨਾ, ਸਵਾਏ ਉਹ ਵੱਡੀ ਮੱਝ ਦੇ ਥਣ ਸਫੈਦ ਆ। ਹਾਂਜੀ ਜੀ ਜੀ, ਹਾਫਿਜ਼ ਸਾਹਿਬ ਇਹ ਦੂਸਰੇ ਸੂਏ ਮਾਸ਼ਾਅੱਲਾ ਬੁਰੀ ਸੂਈ ਆ, ਤੇ ਬਾਡੀ ਤੁਹਾਡੇ ਸਾਹਮਣੇ ਆ ਮਾਸ਼ਾਅੱਲਾ, ਅੱਛੀ ਬਾਡੀ ਦੀ, ਰੰਗ ਸ਼ੰਗ ਅੱਛਾ ਵਾ, ਬਸ ਇਹਦੇ 'ਚ ਥੋੜ੍ਹਾ ਜਿਹਾ ਥਣ ਬਰੀਕ ਆ ਲੇਕਿਨ ਅੱਛਾ ਵਾ। ਹਾਂਜੀ, ਅਤੇ ਬਹੁਤ ਖੂਬਸੂਰਤ ਤੁਹਾਡੇ ਸਾਹਮਣੇ ਆ। ਹਾਂਜੀ, ਸੂਈ ਨੂੰ 15-20 ਦਿਨ ਹੋ ਗਏ ਆ। ਹਾਂਜੀ, ਇਹ ਦੂਸਰਾ ਸੂਆ ਸੂਈ ਆ, ਇਹ ਵੀ ਬਹੁਤ ਅੱਛੇ ਮਿਲਕ ਵਾਲੀ ਮੱਝ ਆ। ਹਾਂਜੀ, ਇਹਨੂੰ ਸੂਈ ਨੂੰ ਹੋ ਗਿਆ ਤਕਰੀਬਨ 1 ਮਹੀਨਾ ਹੋ ਗਿਆ, ਅਤੇ ਬਹੁਤ ਅੱਛਾ ਦੁੱਧ, ਬਾਡੀ ਸਟਰਕਚਰ ਸਾਡਾ ਸਾਰੀਆਂ ਮੱਝਾਂ ਤਕਰੀਬਨ ਦਰਮਿਆਨਾ ਹੀ ਆ, ਬਹੁਤ ਜ਼ਿਆਦਾ ਨਹੀਂ, ਮੇਰਾ ਮਤਲਬ ਵੱਡੀਆਂ, ਐਵੇਂ ਪੱਠਿਆਂ ਦੇ ਟਰਾਲੇ ਨਹੀਂ ਖਾਂਦੀਆਂ, ਬਾਕੀ ਇਹਨਾਂ ਨੂੰ ਸੈਲੇਜ ਸੂਲੇਜ ਪੈਂਦਾ, ਅੱਛਾ ਚਾਰਾ ਪੈਂਦਾ, ਅਤੇ ਮਾਸ਼ਾਅੱਲਾ ਇਹ ਤੁਹਾਡੇ ਸਾਹਮਣੇ ਮੁੰਡਿਆਂ ਨੂੰ ਨਵਾ ਕੇ ਸਾਫ਼ ਸੂਫ ਕਰਕੇ ਤੁਹਾਡੇ ਅੱਗੇ ਪੇਸ਼ ਕੀਤੀਆਂ, ਅਤੇ ਮਾਸ਼ਾਅੱਲਾ ਕਿਸੇ ਮੱਝ ਦਾ ਵੱਡਾ ਥਣ ਨਹੀਂ ਹੋਏਗਾ, ਅਤੇ ਮੁੱਠੀ ਥਣ ਹੋਣਗੇ। ਹਾਂਜੀ, ਕਿਉਂਕਿ ਨੀਲੀ ਦੀ ਕੁਆਲਿਟੀ ਇਹ ਹੈ ਕਿ ਥਣ ਵੀ ਮੁੱਠੀ ਹੋਵੇ। ਹਾਂਜੀ, ਵੱਡੇ ਥਾਣੇ ਦਾ ਕੋਈ ਨੁਕਸ ਨਹੀਂ, ਕੋਈ ਨੁਕਸ ਨਹੀਂ, ਇਹਨਾਂ ਦੀ ਨੀਲੀ ਦੀ ਬਰੀਡ ਹੀ ਐਸੀ, ਥਣ ਮੁੱਠੀ ਪਸੰਦ ਕੀਤਾ ਜਾਂਦਾ, ਖੂਬਸੂਰਤੀ 'ਚ ਵੀ ਇਜ਼ਾਫਾ ਕਰਦਾ, ਬਾਕੀ ਥਣ ਲੰਮਾ ਬਾਡੀ ਦੇ ਹਿਸਾਬ ਨਾਲ, ਜਦ ਕੋਈ ਨਹੀਂ, ਮੇਰੀ ਇੱਕ ਮੱਝ ਆਏਗੀ ਇਹਦਾ ਥੋੜ੍ਹਾ ਜਿਹਾ ਹੈ, ਲੇਕਿਨ ਕੋਈ ਉਹ ਫਾਲਟ ਨਹੀਂ ਦਾ, ਮੱਝ ਦਾ ਸਟਰਕਚਰ ਸਾਰਾ ਕੁਝ ਵੱਡੀ ਮਾਸ਼ਾਅੱਲਾ। ਹਾਂਜੀ ਮਾਸ਼ਾਅੱਲਾ, ਬਹੁਤ ਬਹੁਤ ਮਿਲਕਰ ਅੱਛੀ ਮਿਲਕ ਮੱਝ ਆ, ਇਹ ਮੇਰਾ ਮਤਲਬ 20+ ਰੂਟੀਨ 'ਚ ਵੀ 18-17 ਇਹ ਹੁਣ ਤੀਸਰਾ ਸੂਆ ਸੂਈ ਆ, ਅਤੇ ਮਾਸ਼ਾਅੱਲਾ ਇਹਦਾ ਬਾਡੀ ਹੱਡੀ ਅਤੇ ਬਹੁਤ ਹੀ ਖੂਬਸੂਰਤ, ਔਰ ਆਪਣੇ ਅਸੂਲ ਪਸੰਦ ਮੱਝ ਨੂੰ ਕਹਿੰਦੇ ਨਹੀਂ, ਲੜਾਈ ਝਗੜੇ ਵਾਲੀ ਨਹੀਂ। ਹਾਂਜੀ, ਅਤੇ ਮਾਸ਼ਾਅੱਲਾ ਇਹ ਹੁਣ ਪ੍ਰੈਗਨੈਂਟ ਹੋਈ ਨੂੰ ਆ 4 ਦਿਨ। ਹਾਂਜੀ, ਅਤੇ ਮਾਸ਼ਾਅੱਲਾ ਇਹ ਠੀਕ ਆ ਮੱਝ, ਬਹੁਤ ਅੱਛੀ ਹੈ, ਅੱਗੇ ਦੀਆਂ ਕੱਟੀਆਂ ਕੱਟੇ ਆਏ ਨੇ 2। ਹਾਂਜੀ, ਇਹ ਪਹਿਲਾਂ ਝੋਟੀ ਸੂਈ ਆ, ਇਹ ਸਨਪਾਲਾਂ ਕੋਈ ਇੱਕ ਮੈਂ ਮੱਝ ਲਿਆਇਆ ਸੀਗਾ, ਅਤੇ ਇਹ ਨੀਲੀ ਦਾ ਮੇਰੇ ਸਾਹ ਨਾਲ ਰਾਜੂ ਨਾਲ ਕਰਾਸ ਹੋਈ ਆ, ਅਤੇ ਬਹੁਤ ਅੱਛੀ ਮੇਰਾ ਮਤਲਬ ਦੁੱਧ ਦੇਣ ਵਾਲੀ ਮੱਝ ਆ, ਹੁਣ ਵੀ 15-16 ਕਿਲੋ ਦੁੱਧ ਦੇ ਰਹੀ ਝੋਟੀ। ਹਾਂਜੀ, ਅਤੇ ਸੀਲ, ਅਸ਼ਰਾਫ, ਹਾਈਟ, ਨਸਲ ਹਰ ਮਣੇ ਮੇਰਾ ਮਤਲਬ ਬਿਹਤਰੀਨ ਆ। ਹਾਂਜੀ,
ਇਹ ਅਸੀਂ ਸਾਇਲੇਜ ਵੀ ਪਾ ਰਹੇ ਸਾਇਲੇਜ ਬਿਲਕੁਲ ਪਾ ਰਹੇ ਇੱਕ ਟਾਈਮ ਅੱਜ ਕੱਲ ਹੁਣ ਬਗੈਰ ਸਾਇਲੇਜ ਤੋਂ ਜਾਨਵਰ ਨਹੀਂ ਰਹਿੰਦੇ ਤੇ ਮਾਸ਼ਾਅੱਲਾ ਇੱਕ ਟਾਈਮ ਲਾਜ਼ਮੀ ਪਾਈਦਾ ਬਾਕੀ ਖਲ ਵੀ ਪਾ ਰਹੇ ਆ ਸਬਜ਼ ਚਾਰਾ ਵੀ ਪਾਨੇ ਆ ਮਾਸ਼ਾਅੱਲਾ ਤੇ ਮਾਸ਼ਾਅੱਲਾ ਹਫ ਸਾਹਿਬ ਪਹਿਲੇ ਮੱਝ ਹੁਣ ਦੂਸਰਾ ਸੂਆ ਸੋਹਣਾ ਵਾ ਤੇ ਬਹੁਤ ਅੱਛੀ ਮੱਝ ਆ ਕੱਦ ਸ਼ਦ ਦੇਖ ਲਓ ਤੁਸੀਂ ਨਸਲ ਜ਼ਾਤ ਹਾਂਜੀ ਹਾਂਜੀ ਇਹ ਤਿੰਨ ਹਾਂਜੀ ਇਹ ਵੀ ਦੂਸਰਾ ਸੂਆ ਸੋਹਣਾ ਮਾਸ਼ਾਅੱਲਾ ਉਹ ਅਗਲੀ ਨੇ ਵੀ ਦੂਸਰਾ ਅਤੇ ਪਹਿਲੀ ਨੇ ਵੀ ਦੂਸਰਾ ਹੀ ਸੋਹਣਾ ਅਤੇ ਇਹ ਹੁਣ ਕੁਛ ਅੱਡੇ ਮਾਸ਼ਾਅੱਲਾ ਭਰੀ ਆਉਂਦੀਆਂ ਦੋਨੋਂ ਅਤੇ ਉਹ ਪਰਲੀ ਨਵੰਬਰ ਦੇ ਐਂਡ 'ਤੇ ਸੋਏਗੀ ਅਤੇ ਬਹੁਤ ਹੀ ਮਿਲਕਰ ਮੱਝਾਂ ਨੇ ਮਾਸ਼ਾਅੱਲਾ ਹਾਂਜੀ ਅਤੇ ਬਾਡੀ ਸਟਰਕਚਰ ਇਹਨਾਂ ਦਾ ਬਹੁਤ ਮਜ਼ਬੂਤ ਆ ਦਰਮਿਆਨੇ ਸਾਈਜ਼ ਵਿੱਚ ਹਾਂਜੀ ਸਿਹਤ ਇਸ ਤੋਂ ਅੱਛੀ ਕਿ ਮਾਸ਼ਾਅੱਲਾ ਸਾਇਲੇਜ ਪੈਂਦਾ ਮੱਝਾਂ ਨੂੰ ਚਾਰੇ ਦੀ ਕਮੀ ਨਹੀਂ ਮੇਰਾ ਮਤਲਬ ਪੂਰਾ ਪੂਰਾ ਜੀ ਪੂਰਾ ਨਾਲੇ ਤੁਹਾਨੂੰ ਸਾਡੀ ਸਿਹਤ ਤੋਂ ਵੀ ਨਜ਼ਰ ਆ ਰਿਹਾ ਹੋਣਾ ਕਿ ਅਸੀਂ ਵੀ ਠੀਕ ਹੀ ਖਾਂਦੇ ਹਾਂ ਅਤੇ ਤੁਸੀਂ ਵੀ ਮਾਸ਼ਾਅੱਲਾ ਸਿਹਤਮੰਦ ਜੱਟ ਹੋ ਜੀ ਇਹ ਮਾਸ਼ਾਅੱਲਾ ਦੂਸਰਾ ਸੂਆ ਝੋਟੀ ਸੂਈ ਆ ਅੱਜ ਸੂਈ ਨੂੰ ਮੇਰਾ ਖਿਆਲ ਤੀਸਰਾ ਕੁ ਦੇਣਾ ਜੀ ਅਤੇ ਉਹ ਬੱਚਾ ਤੁਹਾਡੇ ਸਾਹਮਣੇ ਆ ਕੱਟੀ ਆ ਮਾਸ਼ਾਅੱਲਾ ਅਤੇ ਇਹ ਵੀ ਸਾਡੀ ਬਹੁਤ ਹੀ ਅੱਛੀਆਂ ਮੱਝਾਂ ਦੇ ਵਿੱਚ ਸ਼ੁਮਾਰ ਹੁੰਦੀ ਆ ਕਿ ਦਰਮਿਆਨੇ ਸਾਈਜ਼ 'ਚ ਮੱਝਾਂ ਨੇ ਬਹੁਤ ਵੱਡੇ ਹੱਡਾਂ ਵਾਲੀਆਂ ਨਹੀਂ ਹੁੰਦੀਆਂ ਨੀਲੀ ਦੀਆਂ ਅਤੇ ਮਾਸ਼ਾਅੱਲਾ ਥਾਨ ਚੱਡਾ ਹਰ ਤਰ੍ਹਾਂ ਹੀ ਅਤੇ ਆਫ ਸਭ ਭਾਦੋਂ ਆ ਅਤੇ ਉਹਦੇ ਬਾਵਜੂਦ ਮਾਝ ਠੀਕ ਆ ਮਾਸ਼ਾਅੱਲਾ ਇਹ ਬੱਚਾ ਵੀ ਤੁਹਾਡੇ ਸਾਹਮਣੇ ਕੱਟੀ ਮਾਸ਼ਾਅੱਲਾ ਇਹਨਾਂ ਦੀ ਅੱਖ ਮਾਝ ਦੀ ਅੱਖ ਮਾਸ਼ਾਅੱਲਾ ਇਹ ਵੀ 20 ਪਲੱਸ ਵਾਲੀ ਹੈ ਫੀਡ ਦੇਖੋ ਜੀ ਫਿਰ ਕੋਈ 7-8 ਕਿਲੋ ਵੰਡਾ ਤਾਂ ਪਾਓਗੇ ਨਾ ਅਤੇ ਕੁਛ ਜੀਨ 'ਚ ਹੁੰਦਾ ਵਾ ਉਹਦੇ ਜੀਨਸ ਦੇ ਵਿੱਚ ਉਹਦੀ ਹੱਡੀ 'ਚ ਉਹਦੀ ਨਸਲ 'ਚ ਵੀ ਦੁੱਧ ਆ ਅਤੇ ਉਹਨੇ ਦੁੱਧ ਦੇਣਾ ਹੀ ਹੁੰਦਾ ਹਾਂਜੀ ਹਾਂਜੀ ਮਾਸ਼ਾਅੱਲਾ ਪਹਿਲਾਂ ਸੂਆ ਸੂਈ ਝੋਟੀ ਇਹ ਹੁਣ ਚੌਕ ਦੇ ਦੰਦ ਕੱਢੇ ਦੋਂਦੀ ਸੂਈ ਸੀ ਅਤੇ ਮਈ ਦੇ ਵਿੱਚ ਗੌਰਮੈਂਟ ਆਫ ਪੰਜਾਬ ਨੇ ਇੱਕ ਮੇਲਾ ਕਰਾਇਆ ਸੀ ਅਚਾਨਕ ਜਿਵੇਂ ਤੁਸੀਂ ਅਚਾਨਕ ਆਏ ਹਾਂ ਉਸ ਵਕਤ ਇਹਨੇ 18 ਕਿਲੋ 100 ਗ੍ਰਾਮ ਦੁੱਧ ਕੀਤਾ ਇਸਦਾ ਅਤੇ ਮਾਸ਼ਾਅੱਲਾ ਬਰੀਡ ਤੁਹਾਡੇ ਸਾਹਮਣੇ ਆ ਇਹ ਕੱਲ੍ਹ ਦੇ ਡੋਕੇ ਕਰ ਰਹੀ ਮੱਝ ਮੇਰਾ ਮਤਲਬ ਇਹ ਟਾਈਮ ਨਹੀਂ ਲੱਗਾ ਆ ਸਿਰਫ ਹੁਣ ਹੀਟ 'ਤੇ ਆਈ ਹੋਈ ਆ ਇਹ ਨਵੇਂ ਦੁੱਧ ਹੋਏਗੀ ਹਾਂਜੀ ਇਹ ਅੱਜ ਡੋਕੇ ਪਾਇਆ ਉਮੀਦ ਆ ਕੱਲ੍ਹ ਜਾਂ ਪਰਸੋਂ ਤੱਕ ਬੋਲਣਾ ਸ਼ੁਰੂ ਕਰ ਦੇਗੀ ਹਾਂਜੀ ਅਤੇ ਹੁਣ ਵੀ ਦੁੱਧ ਬਹੁਤ ਅੱਛਾ ਕਰਦੀ ਪਈ ਪਹਿਲਾਂ ਝੋਟੀ ਦੋਂਦੀ ਹੁਣ ਚੌਕ ਦੇ ਦੰਦ ਕੱਢੇ ਆ ਹਾਂਜੀ ਅਤੇ ਬਿਹਤਰੀਨ ਆ ਹਾਂਜੀ ਮਾਸ਼ਾਅੱਲਾ ਇਹ ਜੀ ਬਾਬਾ ਜੀ ਵਾਲਾ ਤੋਹਫਾ ਜੀ ਬਾਬਾ ਜੀ ਨੇ ਇੱਕ ਮੱਝ ਦਿੱਤੀ ਸੀ ਉਹ ਧੋ ਕੇ ਕੱਟੀ ਆਈ ਆ ਅਤੇ ਸਾਡਾ ਆਪਣਾ ਜਿਹੜਾ ਰਾਜੂ ਬੁੱਲ ਆ ਉਹਦੀ ਇਹ ਧੀ ਆ ਹਾਂਜੀ ਅੱਗੋਂ ਮਾਸ਼ਾਅੱਲਾ ਇਹਦੀ ਵੀ ਕੱਟੀ ਆ ਇਹ ਬੁਰੀ ਜਿਹੜੀ ਕੱਟੀ ਆ ਮਾਸ਼ਾਅੱਲਾ ਹੁਣ ਦੋਂਦੀ ਹੋ ਰਹੀ ਆ ਅਤੇ ਇਹ ਰਾਜੂ ਬੁੱਲ ਦੀ ਧੀ ਆ ਅਤੇ ਇਹਦੀ ਮਾਂ ਵੀ ਬੁਰੀ ਸੀ ਅਤੇ ਮਾਸ਼ਾਅੱਲਾ ਜੋ ਵੀ ਹੈ ਤੁਹਾਡੇ ਸਾਹਮਣੇ ਆ ਇਹ ਦੋਂਦੀ ਹੋ ਗਈ ਮੇਰਾ ਖਿਆਲ ਕੋਈ 25-26 ਮਹੀਨੇ ਦੀ ਹੋ ਗਈ ਹੋਣੀ ਆ ਹਾਂਜੀ ਇਹ ਝੋਟੀਆਂ ਦਾ ਸੈੱਟ ਜਿਹੜੀਆਂ ਹੁਣ ਨਵੇਂ ਦੁੱਧ ਹੋਣ ਦੇ ਕਰੀਬ ਆ ਅਤੇ ਝੋਟਾ ਵੀ ਵੇਚੀ ਫਿਰਦਾ ਮਾਸ਼ਾਅੱਲਾ ਹਾਂਜੀ ਇਹ ਤੇ ਤੁਹਾਡੀ ਪਰਵਰਿਸ਼ ਤੇ ਡਿਪੈਂਡ ਕਰਦਾ ਹਾਫਿਜ਼ ਸਾਹਿਬ ਖੀਰੀ ਵੀ ਸੂ ਪੈਂਦੀ ਕੋਈ ਇਸ਼ੂ ਨਹੀਂ ਹੈ ਦੁੱਧ ਸ਼ੁੱਧ ਤੇ ਖੁਰਾਕ ਤੇ ਫੁੱਲ ਜਵਾਨ ਹੋਵੇ ਕੱਦ ਸ਼ੁੱਧ ਚੰਗਾ ਕੱਢ ਜਾਂਦੀ ਹੈ ਝੋਟੀ ਬਾਕੀ ਦੁੱਧ ਸ਼ੁੱਧ ਚੰਗਾ ਦੇ ਮੈਂ ਇਹਦੇ ਵਾੜੇ ਛੱਡ ਦਿੱਤੀਆਂ ਜਦੋਂ ਅੱਲਾ ਦਾ ਇਹਨਾਂ ਨੂੰ ਉਮੀਦ ਹੋਈ ਬਾਡੀ ਵੇਟ ਇਹਨਾਂ ਦੇ ਪੂਰੇ ਨੇ ਇਹਨਾਂ ਹੋ ਜਾਣਾ ਹਾਂਜੀ ਕੋਈ ਮਸਲਾ ਨਹੀਂ ਫੀਡ ਇਹਨਾਂ ਦੀ ਆਮ ਜਿਹੜੀ ਸਾਇਲੇਜ ਅਤੇ ਜਿਹੜਾ ਪੱਠਾ ਹਰਾ ਬਸ ਕੋਈ ਹੋਰ ਖੁਰਾਕ ਨਹੀਂ ਵੰਡਾ ਛੰਡਾ ਤਾਂ ਇਹਨਾਂ ਨੂੰ ਹੁੰਦਾ ਹੀ ਨਹੀਂ ਹਾਂਜੀ ਇਹ ਜੀ ਮਲਕ ਜਵੇਦ ਸਾਹਿਬ ਵਾਲਾ ਸੁਲਤਾਨ ਆ ਜਿਹੜਾ ਸਾਡੇ ਕੋਲ ਆਇਆ ਹੁਣ ਝੋਟੀਆਂ ਵਾਸਤੇ ਹਾਂਜੀ ਮਸ਼ਹੂਰ ਮਰੂਫ ਹੀ ਹਾਈ ਸ਼ੌਕਰ ਡੋਗਰ ਦੀ ਬਰੀਡ ਹਾਂਜੀ ਅਤੇ ਸੁਲਤਾਨ
हाफिज साहब तुम सा शौक देख लिया हूँ, इंशाला वक्तन फवक्तन आते रहोगे तो इन अपडेट करते रहना, और जिन्हें भी दोस्त ये होर बेहतरी की कोई गुंजाइश हो तो सू गाइड कर असं होर बेहतरी करा। तो बड़ी मेहरबानी तुम इन्ना टाइम कढ़ के आए हो, तो इंशाला असं दोबारा दुआ कर दें तो चैनल भी चलता रहे और साढ़े को बार बार आओ। शुक्रिया, मेहरबानी, मेहरबानी।